ਸੋ ਮੈਨੂੰ ਲੱਗਦਾ ਕਿ ਅੱਜ ਦੇਸ਼ ਦੇ ਲੋਕਾਂ ਵਾਸਤੇ ਤੇ ਦੁਨੀਆ ਦੇ ਵਸਦੇ ਪੰਜਾਬੀਆਂ ਵਾਸਤੇ ਅੱਜ ਸਭ ਤੋਂ ਵੱਡਾ ਖੁਸ਼ੀ ਦਾ ਦਿਨ ਹੈ ਕਿ ਅੱਜ ਦੁਬਾਰੇ ਉਸ ਪਰਿਵਾਰ ਦਾ ਲਾਡਲਾ ਚਿਰਾਗ, ਮੈਂ ਸਮਝਦਾ ਕਿ ਮੁੜ ਵਾਪਸ ਸ਼ੁਭਦੀਪ ਮੂਸੇਵਾਲਾ ਭੋਲੇ ਬਾਈ ਦੇ ਘਰੇ ਅੱਜ ਦੁਬਾਰੇ ਮੈਂ ਸਮਝਦਾ ਕਿ ਰੰਗ ਭਾਗ ਲੱਗੇ ਹੈ। ਅੱਜ ਮੈਂ ਸਮਝਦਾ ਕਿ ਉਜੜੇ ਬਾਗਾਂ ਦੇ ਵਿੱਚ ਦੁਬਾਰੇ ਮੈਨੂੰ ਲੱਗਦਾ ਕਿ ਮਹਿਕ ਹੈ ਜਿਹੜੀ ਉਹ ਉਹਨੇ ਆਪਦੀ ਕਿਰਪਾ ਕੀਤੀ ਹੈ। ਸੋ ਬੇਹੱਦ ਖੁਸ਼ੀ ਹੈ ਸਮੁੱਚੇ ਦੁਨੀਆ ਨੂੰ, ਸਮੁੱਚੇ ਪੰਜਾਬੀਆਂ ਨੂੰ। ਔਰ ਅਸੀਂ ਵੀ ਅੱਜ ਮੈਂ ਆਪਦੇ ਮਾਤਾ ਚਰਨ ਕੌਰ ਜੀ ਨੂੰ ਸਰ ਝੁਕਾਉਣਾ ਕਿ ਇਸ ਉਮਰ ਦੇ ਵਿੱਚ ਤਕੜੇ ਹੋ ਕੇ ਕਿਸ ਦ੍ਰਿੜਤਾ ਦੇ ਨਾਲ, ਕਿਉਂਕਿ ਮਨ ਦੇ ਵਿੱਚ ਨਿਸ਼ਾਨਾ ਸੀ ਸ਼ੁਭਦੀਪ ਦੇ ਮਿਸ਼ਨ ਦਾ ਕਿ ਜਿਹੜਾ ਅਧੂਰਾ ਮਿਸ਼ਨ ਰਹਿ ਗਿਆ ਸੀ ਉਹਨੂੰ ਪੂਰਾ ਕਰਨ ਦਾ, ਤੇ ਅੱਜ ਉਹ ਨਿਸ਼ਾਨਾ ਮੇਰਾ ਖਿਆਲ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਘਰੇ ਕਿਰਪਾ ਕੀਤੀ ਹੈ। ਮੈਨੂੰ ਤਾਂ ਇੰਜ ਲੱਗਦਾ ਕਿ ਸੱਚੇ ਪਾਤਸ਼ਾਹ ਨੇ ਸ਼ੁਭਦੀਪ ਨੂੰ ਦੁਬਾਰੇ ਜਨਮ ਦਿੱਤਾ ਔਰ ਪੰਜਾਬ ਦੇ ਸ਼ੁਭਦੀਪ ਤਕੜਾ ਹੋਵੇ, ਜਵਾਨ ਹੋਵੇ ਤੇ ਫਿਰ ਦੁਬਾਰੇ ਪੰਜਾਬ ਤੇ ਪੰਜਾਬੀਅਤ ਦਾ ਔਰ ਇਸ ਦੇਸ਼ ਦਾ ਨਾਂ ਰੋਸ਼ਨ ਕਰੇ। ਔਰ ਇਸ ਗੱਲ ਦੇ ਨਾਲ ਮੈਨੂੰ ਲੱਗਦਾ ਕਿ ਪਰਿਵਾਰ ਨੂੰ ਇੱਕ ਜਿਉਣ ਦਾ ਮਕਸਦ ਮਿਲ ਗਿਆ, ਕਿਉਂਕਿ ਰੋਜ਼ ਜਿਹੜਾ ਪੁੱਤ ਐਸਾ ਚਲਾ ਜਾਵੇ ਜਦੋਂ ਘਰ ਦੇ ਵਿੱਚ ਸਨਾਟਾ ਹੋਵੇ ਤੇ ਰੋਜ਼ਾਨਾ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਸ਼ੁਭਦੀਪ ਦੇ ਪੁੱਤ ਦੇ ਉਹਦੇ ਦਰਸ਼ਨ ਕਰਨ ਆਉਣ, ਉਹਦੇ ਘਰ ਦੇ ਦਰਸ਼ਨ ਕਰਨ ਆਉਣ, ਉਹਦੀ ਮਾਂ ਤੇ ਬਾਪ ਦੇ, ਮੈਂ ਸਮਝਦਾ ਕਿ ਉਹਨਾਂ ਨੂੰ ਪੁੱਤ ਰੋਜ਼ ਮਰਦਾ ਸੀ। ਸੋ ਅੱਜ ਕਿਤੇ ਨਾ ਕਿਤੇ ਉਹਨਾਂ ਦੇ ਜਿਉਣ ਦਾ ਜਿਹੜਾ ਆਸਰਾ ਉਹ ਅੱਜ ਦੁਬਾਰੇ ਵਾਪਸ ਮਿਲਿਆ। ਮੈਂ ਮੁਬਾਰਕਬਾਦ ਦਿੰਦਾ, ਬਹੁਤ ਖੁਸ਼ੀ ਹੈ ਮਿਲ ਕੇ ਆਇਆ ਮਾਤਾ ਚਰਨ ਕੌਰ ਜੀ ਨੂੰ, ਸਾਡੇ ਭੈਣ ਜੀ ਹੋਰਾਂ ਨੂੰ। ਤੰਦਰੁਸਤ ਨੇ, ਬੱਚਾ ਤੰਦਰੁਸਤ ਹੈ, ਭੋਲਾ ਬਾਈ ਜੀ ਨੂੰ ਵਧਾਈ ਦਿੱਤੀ ਹੈ। ਉਹ ਨਮ ਅੱਖਾਂ ਦੇ ਵਿੱਚ ਜਦੋਂ ਮੈਂ ਦਰਸ਼ਨ ਕੀਤੇ ਸਾਡੇ ਭੈਣ ਜੀ ਹੋਰਾਂ ਦੇ, ਕਿਤੇ ਨਾ ਕਿਤੇ ਪੁਰਾਣਾ ਸ਼ੁਭਦੀਪ ਵੀ ਉਹਨਾਂ ਦੀਆਂ ਅੱਖਾਂ ਦੇ ਵਿੱਚ ਮੈਨੂੰ ਝਲਕ ਰਿਹਾ ਸੀ, ਪਰ ਨਾਲ ਹੀ ਨਾਲ ਉਹ ਖੁਸ਼ੀ ਦੇ ਅਥਰੂ ਉਹ ਵੀ ਵਹਿ ਰਹੇ ਸੀ ਕਿ ਚਲੋ ਜੇ ਉਹ ਨਹੀਂ ਤਾਂ ਇਹ ਸਹੀ, ਕਿਤੇ ਨਾ ਕਿਤੇ ਰੱਬ ਨੇ ਮੁੜ ਦੁਬਾਰੇ ਘਰੇ ਰੌਣਕਾਂ ਲਾਈਆਂ। ਸੋ ਬਹੁਤ ਖੁਸ਼ੀ ਹੈ ਤੇ ਅੱਜ ਅਸੀਂ ਸਮੁੱਚੀ ਕਾਂਗਰਸ ਪਾਰਟੀ ਦਾ ਪਰਿਵਾਰ ਔਰ ਬਹੁਤ ਸਾਰੇ ਸ਼ੁਭ ਨੂੰ ਪਿਆਰ ਕਰਨ ਵਾਲੇ ਲੋਕ ਅੱਜ ਉਹਨਾਂ ਨੇ ਮੁਬਾਰਕਾਂ ਦਿੱਤੀਆਂ। ਪੂਰੀ ਦੁਨੀਆ ਭਰ ਵਿੱਚ ਲੋਕ ਖੁਸ਼ੀ ਮਨਾ ਰਹੇ ਔਰ ਅੱਜ ਅਸੀਂ ਵੀ ਉਹਨ ਖੁਸ਼ੀ ਦਾ ਇਜ਼ਹਾਰ ਕਰਨ ਵਾਸਤੇ ਮੈਂ ਕਿਹਾ ਸਭ ਤੋਂ ਪਹਿਲਾਂ ਜਾ ਕੇ ਦਰਸ਼ਨ ਕਰਕੇ ਆਈਏ ਉਸ ਮਹਾਨ ਸ਼ਖਸੀਅਤ ਦੇ, ਕਿਉਂਕਿ ਜਿਹੜਾ ਸ਼ੁਭਦੀਪ ਹੈ ਬੜੇ ਕਲਾਕਾਰ ਹੈ, ਪੰਜਾਬ ਦੇ ਵਿੱਚ, ਦੇਸ਼ ਦੇ ਵਿੱਚ ਬੜਾ ਕਲਾਕਾਰ। ਕਿ ਜਿਸ ਤਰੀਕੇ ਨਾਲ ਉਹ ਰੱਬ ਦਾ ਬੰਦਾ ਸੀਗਾ, 28 ਸਾਲਾਂ ਦੀ ਉਮਰ ਦੇ ਵਿੱਚ ਜਿਹਨੇ ਪੂਰੀ ਦੁਨੀਆ ਚ ਨਾਂ ਪੈਦਾ ਕੀਤਾ, ਡਰੇਗ ਵਰਗੇ ਲੋਕਾਂ ਨੇ, ਕਾਲਿਆਂ ਤੇ ਗੋਰਿਆਂ ਨੇ ਮੂਸੇ ਵਾਲੇ ਪਿੰਡ ਦੇ ਆ ਕੇ ਦਰਸ਼ਨ ਕੀਤੇ, ਉਹ ਕੋਈ ਮਾਮੂਲੀ ਗੱਲ ਨਹੀਂ ਸੀ, ਉਸ ਤੇ ਵਾਹਿਗੁਰੂ ਦੀ ਕਿਰਪਾ ਸੀ। ਔਰ ਅੱਜ ਵੀ ਇਸ ਉਮਰ ਦੇ ਵਿੱਚ ਸੱਚੇ ਪਾਤਸ਼ਾਹ ਨੇ ਪਰਿਵਾਰ ਤੇ ਫੇਰ ਕਿਰਪਾ ਕੀਤੀ ਹੈ। ਮੈਨੂੰ ਲੱਗਦਾ ਕਿ ਇਹ ਕੋਈ ਰੱਬ ਦਾ ਹੀ ਚੱਕਰ ਹੈ
ਇਹ ਵੀ ਸੱਚੇ ਪਾਤਸ਼ਾਹ ਦੀ ਕਿਰਪਾ ਹੀ ਹੈ। ਸੋ ਬਹੁਤ ਮੁਬਾਰਕਾਂ ਪਰਿਵਾਰ ਨੂੰ ਤੇ ਪੰਜਾਬੀਆਂ ਨੂੰ ਤੇ ਸ਼ੁਭਦੀਪ ਨੂੰ ਪਿਆਰ ਕਰਦਾ। ਬਲਕੌਰ ਸਿੰਘ ਕੀ ਪ੍ਰਤੀਕਿਰਿਆ ਸੀ ਪਹਿਲੀ ਜਿਹੜੀ ਤੁਹਾਡੇ ਨਾਲ? ਮੈਂ ਤੁਹਾਨੂੰ ਦੱਸਿਆ ਕਿ ਖੁਸ਼ੀ ਵੀ ਸੀ ਤੇ ਅੱਖਾਂ ਦੇ ਵਿੱਚ ਉਹ ਪੁਰਾਣੀਆਂ ਯਾਦਾਂ ਵੀ ਮੈਨੂੰ ਲੱਗਿਆ ਕਿ ਮਹਿਸੂਸ ਕੀਤੀਆਂ ਕਿ ਉਹ ਸ਼ੁਭਦੀਪ ਦੀਆਂ ਯਾਦਾਂ ਵੀ ਉਹਨਾਂ ਦੀਆਂ। ਹਾਂਜੀ, ਮੈਂ ਪੁੱਛਿਆ ਤੰਦਰੁਸਤ ਹੋ? ਕਹਿੰਦੇ ਬਹੁਤ ਤੰਦਰੁਸਤ ਹੈ। ਮਨ ਭਰਿਆ ਵਿਆ ਸੀ ਉਹਨਾਂ ਦਾ ਬਹੁਤ ਜ਼ਿਆਦਾ। ਬੱਚਾ ਕਹਿੰਦੇ ਨਹੀਂ ਕੋਈ ਤਕਲੀਫ ਨਹੀਂ, ਪੁੱਤ ਮੇਰਾ ਸ਼ੁਭ ਵਾਪਸ ਆ ਗਿਆ ਮੈਨੂੰ ਲੱਗਦਾ। ਸਿਆਸੀ ਕੰਮ ਚੱਲਦਾ ਰਹਿੰਦਾ, ਸਿਆਸੀ ਕੰਮ ਚੱਲੀ ਜਾਣਾ ਵੀਰਾ ਜੀ ਅੱਗੇ ਪਿੱਛੇ। ਔਰ ਜਲਦੀ ਹੀ ਜਿਹੜੇ ਤੁਸੀਂ ਕਹਿੰਦੇ ਕੈਂਡੀਡੇਟ ਉਹ ਉਤਾਰ ਦਿਆਂਗੇ ਤੇ ਲੜਾਈ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਕਾਂਗਰਸ ਪਾਰਟੀ ਤੁਸੀਂ ਦੇਖਿਓ ਵੀ ਸਭ ਤੋਂ ਵੱਡੀ ਪਾਰਟੀ ਉਭਰ ਕੇ ਆਏਗੀ। ਉਹਨਾਂ ਕੋਲ ਤਾਂ ਕਾਹਲੀ ਸੀ, ਫਰਸਟ੍ਰੇਸ਼ਨ ਸੀ, ਉਮੀਦਵਾਰ ਹੀ ਨਹੀਂ ਨਜ਼ਰ ਆਏ। ਅਲਟੀਮੇਟਲੀ ਮੰਤਰੀਆਂ ਨੂੰ ਉਤਾਰਨਾ ਪਿਆ, ਕੋਈ ਚਿਹਰਾ ਨਹੀਂ ਮਿਲਿਆ। ਦੂਜੇ ਕਾਂਗਰਸ ਤੋਂ ਪੱਟਣ ਦੀ ਕੋਸ਼ਿਸ਼ ਕੀਤੀ, ਜ਼ਿਆਦਾ ਪੋਚ ਕੀਤੇ ਜਾਂ ਮੰਤਰੀ ਉਤਾਰੇ। ਇਹਦਾ ਮਤਲਬ ਨੈਤਿਕਤਾ ਦੇ ਆਧਾਰ ਤੇ ਆਮ ਆਦਮੀ ਪਾਰਟੀ ਚੁਣਾਵ ਹਾਰ ਚੁੱਕੀ, ਕਿਉਂਕਿ ਜੇ ਉਮੀਦਵਾਰ ਹੀ ਨਹੀਂ, ਪਹਿਲਾਂ ਕਹਿੰਦੇ ਸੀ ਆਮ ਲੋਕਾਂ ਨੂੰ ਲੜਾਵਾਂਗੇ, ਜਲਦੀ ਉਤਾਰਾ। ਕਾਂਗਰਸ ਦੇ ਵਿੱਚ ਆਮ ਲੋਕ ਆਉਣਗੇ ਹੁਣ ਜੀ? ਕਾਂਗਰਸ ਵੱਲੋਂ ਕਾਂਗਰਸ ਮੀਟਿੰਗ ਆ ਤੁਹਾਡੇ ਸਾਹਮਣੇ ਖੜਾ ਹੈ, ਆਮ ਬੰਦਾ ਨਹੀਂ ਹੈ, ਬਿਨਾ ਰਾਜਨੀਤੀ ਤੋਂ ਖੜਾ ਹੋ ਕੇ ਉਹਨਾਂ ਨੇ ਪ੍ਰਚਾਰ ਕੀਤਾ। ਅਸੀਂ ਆਮ ਆਦਮੀ ਪਾਰਟੀ, ਆਮ ਆਦਮੀ ਅਸੀਂ ਹੈ ਜਿਹੜੇ ਥੱਲਿਓ ਚੱਲ ਕੇ ਦਰੀਆਂ ਵਿਛਾ ਕੇ ਇੱਥੋਂ ਤੱਕ ਪਹੁੰਚੇ। ਰਾਜਨ ਆਮ ਆਦਮੀ ਹੈ, ਉਹ ਅਰੁਣ ਵਧਾਵਨ ਆਮ ਆਦਮੀ ਪਾਰਟੀ ਆਮ ਆਦਮੀ ਹੈ। ਸੋ ਆਮ ਲੋਕਾਂ ਨੂੰ ਵੀ 100% ਮੌਕਾ ਦਿੱਤਾ ਜਾਏ। ਰਾਜਾ ਵੜਿੰਗ ਪੰਜਾਬ ਦਾ ਪ੍ਰਧਾਨ ਹੈ, ਮੇਰੀ ਵਾਈਫ ਕੋਈ ਉਮੀਦਵਾਰ ਹੈ ਜਾਂ ਨਹੀਂ, ਇਹਦਾ ਫੈਸਲਾ ਹਾਈ ਕਮਾਂਡ ਨੇ ਲੈਣਾ, ਰਾਜਾ ਵੜਿੰਗ ਨਹੀਂ ਲੈ ਸਕਦਾ। ਕੋਈ ਦਾਅਵੇਦਾਰੀ ਨਹੀਂ, ਅਸੀਂ ਲੋਕਾਂ ਨੂੰ ਚੁਣਾਵ ਲੜਾਉਣਾ, ਅਸੀਂ ਲੋਕਾਂ ਨੂੰ ਚੁਣਾਵ ਲੜਾਉਣਾ, ਮੇਰਾ ਕੰਮ ਹੈ ਹੁਣ ਚੁਣਾਵ ਲੜਾਉਣ ਦਾ। ਕਿੰਨੇ ਦਿਨਾਂ ਚ ਲਿਸਟ ਆ ਜੂਗੀ? ਜਲਦੀ ਲਿਸਟ ਆ ਜਾਏਗੀ।